ਮੈਂ ਕਿਹਾ ਅੱਜ ਚੰਗਾ ਕੰਮ ਹੀ ਕਰ ਲਈਏ ਕੋਈ ਅਤੇ ਕਬੂਤਰਾਂ ਨੂੰ ਰੋਟੀ ਪਾ ਦਈਏ ਹੈ ਨਾ, ਨਿੱਕੀ ਨਿੱਕੀ ਵਧੀਆ ਰਹੂਗੀ। ਪਾ ਦਿਓ ਪਾ ਦਿਓ, ਭੋਰ ਦਿਓ ਜਲਦੀ ਜਿਹੜਾ ਪਾ ਮੈਂ ਦਿੰਦਾ, ਭੋਰ ਤੁਸੀਂ ਦਿਓ। ਹਾਂ ਉਹ ਥੋੜ੍ਹੀਆਂ ਨੋਰਮਲ ਜਿਹੀਆਂ ਨਿੱਕੇ ਨਿੱਕੇ ਜਿਹੜਾ ਉਹਨਾਂ ਦੇ ਮੂੰਹ 'ਚ ਪੈ ਜਾਵੇ, ਮਤਲਬ ਜ਼ਿਆਦੀਆਂ ਵੱਡੀਆਂ ਬਣਾਉਣ। ਹਾਂਜੀ ਆ ਜਾਓ ਆ ਜਾਓ, ਪਾਈਏ ਰੋਟੀ ਕਬੂਤਰਾਂ ਨੂੰ। ਹਾਂਜੀ ਮੈਂ ਕਿਹਾ ਚੰਗੇ ਮਾੜੇ ਕੰਮ ਤਾਂ ਬੰਦੇ ਦੇ ਚੱਲਦੇ ਰਹਿੰਦੇ, ਕੋਈ ਚੱਜ ਦਾ ਕੰਮ ਵੀ ਕਰ ਲਈਏ ਭਰਾਵਾ, ਕਬੂਤਰਾਂ ਨੂੰ ਰੋਟੀ ਰਾਟੀ ਪਾ ਦਈਏ। ਹਾਂ ਇੱਥੇ ਬਾਬਾ ਕਬੂਤਰ ਸਾਡੇ ਘਰੇ ਵਿੱਜੇ ਆ ਅਤੇ ਰੋਟੀ ਪਾਣੀ ਚਲੋ ਪਾਈਦਾ ਮਾਰੇ ਦੀ ਕਿਰਪਾ ਨਾਲ, ਅਤੇ ਉਹ ਆ ਜਾਂਦੇ ਆ, ਗਿੱਜ ਗਏ ਨਾ ਸਾਡੇ ਕੋਲ ਅਤੇ ਰੋਜ਼ ਆ ਜਾਂਦੇ ਆ ਵੀ ਰੋਟੀ ਇੱਥੋਂ ਮਿਲਣੀ ਆ ਸਾਨੂੰ, ਅਤੇ ਰੋਜ਼ ਆ ਜਾਂਦੇ ਆ ਅਤੇ ਪਰਮਾਤਮਾ ਕਿਰਪਾ ਨਾਲ ਡਿਊਟੀ ਲੱਗੀ ਹੋਈ ਆ ਸਾਡੀ। ਕਬੂਤਰਾਂ ਦੇ ਖੰਭ, ਇਹਨੂੰ ਵੀ ਹੁਣ ਫਰੈਸ਼ ਕਰਾਂਗੇ ਪਾਣੀ ਨੂੰ, ਹੁਣ ਡੋਲ ਦਿੰਦੇ ਹਾਂ। ਚਲੋ ਹੁਣ ਆਪੇ ਪੀ ਲੈਣਗੇ ਪਾਣੀ ਪੂਣੀ, ਚਲੋ ਗਰਮੀ ਹੈਗੀ ਆ, ਸਾਨੂੰ ਵੀ ਜਿਵੇਂ ਪਿਆਸ ਲੱਗਦੀ, ਪੰਛੀਆਂ ਨੂੰ ਵੀ ਉੱਦਾਂ ਹੀ ਪਿਆਸ ਲੱਗਦੀ ਆ, ਅਤੇ ਚਲੋ ਅਗਲੇ ਪੀ ਲੈਣਗੇ ਪਾਣੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਠੀਕ ਠਾਕ ਹੋ ਸਾਰੇ? ਹਾਂਜੀ, ਮੈਂ ਤੁਹਾਡਾ ਭਰਾ ਦੀਪ ਤਨੂੰ, ਅਤੇ ਮਨਦੀਪ ਆਈ ਹੋਈ ਆ ਸਾਡੇ ਕੋਲ ਰਹਿਣ ਵਾਸਤੇ, ਅਤੇ ਕਹਿਣ ਡੀ ਵੀ ਮੈਂ ਸੰਦੀਪ ਨੂੰ ਮਿਲਣਾ ਆ, ਅਤੇ ਸੰਦੀਪ ਹੁਣੀ ਗਏ ਹੋਏ ਟੂਰ ਦੇ ਉੱਤੇ। ਹਾਂਜੀ ਨਾਲ ਤੁਹਾਨੂੰ ਦੱਸ ਦਈਏ ਕਿ ਮੇਰੀ ਵਾਈਫ ਅਤੇ ਡੈਡੀ ਹੋਣੀ ਸੰਦੀਪ ਹੋਣਾ ਨਾਲ ਗਏ ਆ ਬਾਹਰ ਘੁੰਮਣ ਵਾਸਤੇ ਟੂਰ ਦੇ ਉੱਤੇ, ਅਤੇ ਹੁਣ ਸੰਦੀਪ ਕਹਿੰਦੇ ਵਾਪਸੀ ਸੰਦੀਪ ਸਾਡੇ ਵੱਲ ਆਉਣਾ ਵਾ, ਸੰਦੀਪ ਕਹਿੰਦੀ ਮੈਂ ਰਹਿਣਾ ਆ ਤੁਹਾਡੇ ਵੱਲ, ਤਾਂ ਹੋ ਸਕਦਾ ਮੇਰਾ ਨੈਕਸਟ ਬਲੌਗ ਜਿਹੜਾ ਆ ਸੰਦੀਪ ਦੇ ਨਾਲ ਆਵੇ, ਅਤੇ ਤੁਸੀਂ ਸਾਰੇ ਜ਼ਰੂਰ ਦੇਖੋ, ਅਤੇ ਇਹ ਵੀ ਬਲੌਗ ਬਹੁਤ ਘੈਂਟ ਹੋਣ ਜਾ ਰਿਹਾ, ਐਂਡ ਤੱਕ ਜ਼ਰੂਰ ਵੇਖਿਓ ਸਾਰੇ ਜਣੇ। ਆਓ ਮੈਂ ਤੁਹਾਨੂੰ ਮਿਲਾਉਣਾ ਆ ਆਪਣੇ ਭਾਂਜੇ ਨਾਲ, ਛੋਟਾ ਜਿਹਾ ਭਾਂਜਾ ਮੇਰਾ, ਸੋਹਣਾ ਜਿਹਾ, ਇਹ ਆ ਮੇਰਾ ਭਾਂਜਾ। ਹਾਂਜੀ ਜੀ, ਨਾਲ ਤੁਹਾਨੂੰ ਦੱਸ ਦਈਏ ਕਿ ਸੰਦੀਪ ਹੋਣਾ ਦਾ ਮੈਨੂੰ ਹੁਣੇ ਫੋਨ ਆਇਆ ਡੈਡੀ ਹੋਣਾ ਦਾ ਕਿ ਅਸੀਂ ਵਾਪਸ ਆ ਰਹੇ ਹਾਂ, ਸੰਦੀਪ ਦੀ ਤਬੀਅਤ ਥੋੜ੍ਹੀ ਜਿਹੀ ਖਰਾਬ ਹੋ ਗਈ ਆ, ਅਤੇ ਅਸੀਂ ਹੁਣ ਆਉਣ ਡਏ ਹਾਂ ਵਾਪਸ, ਅਤੇ ਮੈਂ ਸੰਦੀਪ ਹੋਣਾ ਨੂੰ ਚੱਲਿਆ ਲੈਣ, ਅਤੇ ਭਾਈ ਹੋਣਾ ਨੇ ਦੋ ਤਿੰਨ ਦਿਨ ਹੋਰ ਰੁਕਣਾ ਸੀਗਾ ਉੱਥੇ, ਤਾਂ ਸੰਦੀਪ ਵੀ ਡੈਡੀ ਹੋਣਾ ਦੇ ਨਾਲ ਹੀ ਆ ਗਈ ਕਿਉਂਕਿ ਸੰਦੀਪ ਦੀ ਤਬੀਅਤ ਹੋ ਗਈ ਖਰਾਬ, ਅਤੇ ਫਿਰ ਡੈਡੀ ਹੋਣਾ ਨੇ ਇਹੋ ਡਿਸੀਜਨ ਲਿਆ ਕਿ ਵਾਪਸ ਚੱਲੀਏ ਆਪਾਂ ਪਹਿਲਾਂ, ਅਤੇ ਭਾਈ ਹੋਣੀ ਆਪੇ ਆ ਜਾਣਗੇ, ਅਤੇ ਸੰਦੀਪ ਹੋਣੀ ਆਉਣ ਡਏ ਆ ਟ੍ਰੇਨ 'ਤੇ, ਅਤੇ ਮੈਂ ਚੱਲਿਆ ਉਹਨਾਂ ਨੂੰ ਲੈਣ, ਹੁਣ ਉੱਥੇ ਜਾ ਕੇ ਮਿਲਦੇ ਤੁਹਾਨੂੰ ਰਾਹ ਦੇ ਵਿੱਚ, ਜਾ ਕੇ ਤੁਹਾਨੂੰ ਉੱਥੇ ਮਿਲਦੇ ਹਾਂ ਸਟੇਸ਼ਨ 'ਤੇ। ਹਾਂਜੀ ਜੀ, ਸਟੇਸ਼ਨ ਵਾਲੇ ਪੁੱਲ 'ਤੇ ਅਸੀਂ ਪਹੁੰਚ ਚੁੱਕੇ ਹਾਂ, ਬੜਾ ਸੋਹਣਾ ਬਣਿਆ ਹੈ ਨਾ ਸ਼ਰਾਜ। ਹਾਂਜੀ ਜੀ, ਰੇਲਵੇ ਸਟੇਸ਼ਨ ਅਸੀਂ ਪਹੁੰਚ ਚੁੱਕੇ ਹਾਂ, ਅਸੀਂ ਸੰਦੀਪ ਹੋਣਾ ਦਾ ਕਰਨ ਡਿਆ ਇੰਤਜ਼ਾਰ, ਅਤੇ ਮੈਂ ਕਿਹਾ ਚਲੋ ਆ ਜਾਂਦੇ ਆ ਅਤੇ ਫਿਰ ਲੈ ਕੇ ਚੱਲਾਂਗੇ ਸੰਦੀਪ ਹੋਣਾ ਨੂੰ। ਅਜੇ ਫਿਲਹਾਲ ਗੱਡੀ ਨਹੀਂ ਆਈ, ਹੁਣੇ ਪਹੁੰਚ ਜਾਣੀ ਆ, ਸਪੀਜ਼ ਹੋਣ ਡਈ ਆ। ਲਓ ਜੀ, ਸੰਦੀਪ ਹੋਣਾ ਦੀ ਟ੍ਰੇਨ ਜਿਹੜੀ ਆ ਪਹੁੰਚ ਚੁੱਕੀ ਆ, ਸੰਦੀਪ ਹੋਣੀ ਆਏ ਆ ਇਸ ਟ੍ਰੇਨ ਦੇ ਵਿੱਚ। ਕਾਫੀ ਲੰਬੀ ਟ੍ਰੇਨ ਆ ਗੁਰਬਾਜ ਸ਼ਰਾਜ ਪੁੱਤ, ਕਾਫੀ ਲੰਬੀ ਟ੍ਰੇਨ ਆ।
बड़ी लंबी बड़ी दूर तक है यार, है ना, काफी पिछे तक हजे भी बहुत लंबी ट्रेन है। हाँ हाँ जी बड़ी लंबी ट्रेन है। हाँ हाँ चलो आ गई है ट्रेन तो हूँ मिलते हैं संदीप होना है ना, वो भी बेचारे थके थुके होने घर जाके रैसट कराने, तबीयत तो अगे ठीक नहीं हैगी, कराने जाके रैसट। संदीप होनी तो पहुँच चुके हैं लेकिन बारिश ने भी अज ही बहुत ज़्यादा तेज़ हो गई है बारिश, औखा होना यार बाइक के उत्ते। चलो वेखते हैं महाराज कृपा रखे कि बारिश घट हो जाए, हमने निकलते हैं फिर। लो ये बहुत ही सुंदर तस्वीर दुर्गैना मंदिर की है जी, दुर्गैना तीर्थ की है तस्वीर, बहुत ही सुंदर है, बहुत ही सुंदर बनाई हुई यार जी कारीगर ने बनाई, बहुत ही सुंदर है। स्टेशन के अंदर है गोल बाग वाली साइड से, बहुत ही सुंदर तस्वीर दुर्गैना मंदिर की है जी। लो जी संदीप होनी सारे पहुँच चुके हैं, डैडी होनी इधर है, इधर संदीप होनी, तो इधर बड़ी दीदी होनी, तो इधर मेरी वाइफ, तो छोटा भी साढ़ा पहुँच चुके हैं। शुक्र है परमात्मा की कृपा ने कि मीह हटिया, हूँ अं चले तो हरमन करन डे ड्राइविंग, आहो भजाउण डे मोटरसाइकिल फटाफट भी, फिर ना कि मीह पैन लग जाए तो फिर ही राह कि गिले हो जाइए। तो संदीप होनी वो चल गए अपने घर ऑटो से, तो आप इदा ही हूँ जा रहे हैं मोटरसाइकिल से। यार आज घड़ी ना वेखिए अज हरमन देखते हैं यार, वॉच अज लैनी यार, वॉच थोड़ी बाँह खाली खाली लगन डी है। अं पहुँच चुके हैं वॉच वाली दुकान पर, जाने की घड़िया वाली दुकान पर पहुँच चुके हैं, हम दिखावे घड़िया, हूँ आप इतों देखा घड़िया। हाँ भी हरमन सुना वाल कि अच्छे सैट नहीं है। हाँ हरमन फिर कड़ी कड़ी वेखिए कलर मेरा ब्लैक ही लगा, बड़ा की चक्कर है ब्लैक ना, जी मर्जी चीज दस आती शर्ट शुर्ट जी मर्जी पा लो ब्लैक। हाँ ब्लैक सोहनी तो लगती है, बस वही अहे है बड़ो वजिए। हाँ मॉडल लग जाएगा पसंद सही लगन दी है ठीक है, ये भी ठीक है भी। पसंद है अवे लो भाजी चलिए। हाँ जी जी फाइनली जी सानू एक घड़ी आ गई है पसंद, हूँ अं आ ले ली है घड़ी, हूँ कितने जाना हरमन घर। हाँ जी जी राह रुक के असी गुरु साहब के दर्शन कर लिया, अभी दसा मत्था टेक लिया हर संडे की तरह, हूँ अं चले वापसी अपने घर, इतों लवेंगे अं मलाई चाप, हरमन कहना मलाई चाप खानी है। हाँ भी कि चलीए फिर होगी मलाई चाप ती। ਅਸੀਂ ਪਹੁੰਚ ਗਏ ਹਰਮਨ ਦੇ ਘਰ ਤੇ, ਮਲਾਈ ਚਾਮ ਸਾਡੀ ਰੈਡੀ ਹੈ, ਹਰਮਨ ਕਹਿੰਦਾ ਮਲਾਈ ਚਾਮ ਖਾਣੀ ਹੈ, ਇੱਧਰ ਰੱਖੋ ਦਵਾ ਦਵਾ ਆ ਗਿਆ ਜੀ। ਕਿੱਥੇ ਗਈ ਸਰ, ਕਰੋ ਸ਼ੁਰੂਆਤ ਸਰ। ਵਾਵਾ ਜੀ ਸੇਕੇ ਲਾਲ ਕੀਤੀਆਂ ਪੂਰੀਆਂ ਸੇਕ ਸੇਕ ਕੇ ਉਹਨੇ, ਹੈ ਵਧੀਆ ਤਰੀਕੇ ਨਾਲ ਪਕਾਈ ਹੈ। ਚਲੋ ਹਾਂਜੀ ਜੀ ਅਸੀਂ ਪਹੁੰਚ ਚੁੱਕੇ ਹਾਂ ਘਰ, ਆਓ ਤਾਂ ਸੰਦੀਪ ਨਾਲ ਮਿਲਾਉਂਦੇ ਹਾਂ। ਹਾਂ ਸੰਦੀਪ ਕੀ ਹੋਇਆ, ਠੀਕ ਠਾਕ? अच्छा उल्टियां नहीं फर्क पे अजे, अच्छा अच्छा तो दवाई वगैरह भी नहीं ली अजे, अच्छा चल कोई ना सवेरे मैं नाल चली मैं तुम दवाई लिया दूंगा सवेरे, है अच्छा अच्छा चलो ठीक है फिर। हाँ हाँ शहीदा साहब आंदे आंदे मैं तो हरमन दोवें राह शहीदा साहब मत्था टेक आए हाँ। सिर में दर्द हो रही है तो गोली वगैरह खा लेनी कोई, कोई नहीं मैं खा ली है, अगर रेस्ट भी हो जाएगा ना फिर फर्क पड़ जाएगा। हां चलो हाँ जी जी मिलते हैं संदीप दे नाल नेक्स्ट व्लॉग दे विच, जेड़ा नेक्स्ट व्लॉग अगला आऊगा वो संदीप नाल ही आऊगा हुण मेरा। हाँ जी जी नाल संदीप हुण हुण कर लगे आ रेस्ट ते व्लॉग दा कर रहे आ एंड, ते चैनल नु कर दियो सब्सक्राइब, बेल आइकन प्रेस कर दो ताकि हर आने वाली वीडियो सब तो पहले तक पहुंच सके। बाय बाय।